अस्सलाम वालेकुम जी, क्या हाल चाल है? ठीक ठाक? और सुनाओ, तो बीच पे ठीक हो? अज साढ़े एक बेली यार दो सा तुफैल शाह पीर है साढ़े, ठीक है? असि अज जाने पे उस यार दोस्त को। इधर किकर काप दे पे एक टर्न मरान होना था, वो फिर चुक किसी यार एक बंदे चुक का फोन आया पे बेच इस लीड की दीपिया, ते असि चला चला जाके ओदे नाल लोने पे गप शप, ते ओदे नाल चबलियां मारांगे, मुड्ढो पट दे पे, मुड्ढो तानू सुनावांगे, असि भी सुनांगे नाल तानू भी सुनावांगे, ते जाने पे हैं। बाकी हुण फिर उत्थे जाके तुहाडी गप शप लावांगे, ते ओदियां चबलियां सुनांगे नाल सुनावांगे अपनियां भी, ठीक है ना? बन्निया दे उत्ते वास्ते देख ਇਹ ਤਾਂ ਜੱਟ ਜ਼ਿੰਮੇਦਾਰ ਬੰਦੇ ਆ, ਬੰਨਿਆ ਤਾਂ ਡਿੱਗਦੇ ਢਹਿੰਦੇ ਜਾਂਦੇ ਹਾਂ, ਸਿਰਫ ਤੁਹਾਡੇ ਵਾਸਤੇ ਵੀਡੀਓ ਬਣਾਉਣ ਵਾਸਤੇ। ਆਹ ਸੇਠ ਸਾਡੇ ਨਾਲ ਆ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਆ, ਦੁਸ਼ਮਣਾਂ ਦੀ ਕਮੀ ਨਹੀਂ ਸਾਨੂੰ। ਅਤੇ ਫਿਰ ਆਪਾਂ ਹੁਣ ਤਫੈਲ ਸੇਠ ਕੋਲ ਪਹੁੰਚ ਕੇ ਉੱਥੇ ਜਾ ਕੇ ਰਾਬਤਾ ਕਰਦੇ ਹਾਂ ਤੁਹਾਡੇ ਨਾਲ। ਓਕੇ ਫਿਰ। ਹੈਲੋ ਗਾਈਸ, ਇਹ ਹਮਾਰਾ ਸੇਠ ਸਿਟੀ ਚਿੰਗਾਰੀ ਐਂਡ ਕੁੱਕੀ ਸੇਠ ਹੈ, ਠੀਕ ਹੈ ਨਾ? ਅਤੇ ਹਮ ਲੋਕ ਯੇ ਗੁਜ਼ਰ ਰਹੇ ਹੈ ਮਿੱਟੀ ਸੇ, ਅਤੇ ਯੇ ਬੱਕਰੀਆਂ ਬੱਕਰੀਆਂ ਵਧੀਆਂ ਹਨ, ਖੰਭੀਆਂ ਵਧੀਆਂ ਹਨ ਮਿੱਟੀ। ਗੁੱਸੇ ਹਕਲ ਦਿੱਤੀ ਪਿਆ ਯਾਰ, ਬੰਦਾ ਕਿੱਧਰ ਗਿਆ? ਹਾਏ ਯਾਰ, ਆਪਾਂ ਨੂੰ ਤਫੈਲ ਨਹੀਂ ਲੱਭਿਆ ਅੱਜ, ਬੰਦਾ ਬਦਮਾਸ਼ੀ ਕਰ ਗਿਆ ਆਪਣੇ ਨਾਲ, ਇੱਦਾਂ ਨਾ ਕਰਨਾ ਪੈਣਾ ਇਲਾਜ। ਇਹਦਾ ਚਲੋ ਲੱਭਦੇ ਹਾਂ, ਇੱਕ ਵਾਰੀ ਲੱਭ ਜਾਵੇ ਬੰਦੇ ਕੋਲ 1.5 ਲੱਖ ਰੁਪਇਆ ਲੈਣਾ, ਬੰਦਾ ਕਰਦਾ ਪਿਆ ਸਾਡੇ ਨਾਲ ਬਦਮਾਸ਼ੀਆਂ। ਸਾਰਾ 1.5 ਲੱਖ, 1.5 ਲੱਖ ਦੀ ਅਸੀਂ ਮੱਝ ਵੇਚੀ ਇੱਕ, ਅਸੀਂ ਵੀ ਕਿੱਥੋਂ ਉਧਾਰ ਲਈ ਸੀ, ਅਤੇ ਉਹ ਬੰਦਾ ਲੈ ਕੇ ਨਿਕਲ ਗਿਆ ਫਰਾਡੀ, ਸਾਨੂੰ ਚੱਕਰ ਦੇ ਗਿਆ ਆ। ਤਾਂ ਲੱਭਦੇ ਫਿਰਦੇ, ਸਾਨੂੰ ਲੱਭ ਜਾਵੇ ਇੱਕ ਵਾਰੀ, ਫਿਰ ਆ ਨਿਬੜਦੇ ਹਾਂ ਅਤੇ ਕੀ ਕਰਨਾ ਇਹਦਾ ਇਲਾਜ। ਅਸੀਂ ਤਾਂ ਮਿੱਟੀਓ ਮਿੱਟੀ ਹੋਏ ਫਿਰਦੇ ਹਾਂ, ਕਿਹੜੀ ਕਿਹੜੀ ਰੋਡਾਂ 'ਤੇ ਰੁਲਦੇ ਫਿਰਦੇ ਸੀ, ਮੋਟਰਸਾਈਕਲ ਸਾਡਾ ਉਹ ਵੀ ਵਿਕ ਗਏ ਆ, ਮਾੜੇ ਬੰਦੇ ਅਸੀਂ, ਠੀਕ ਹੈ? ਸਾਡੇ ਨਾਲ ਕੀਤਾ ਫਰਾਡ। ਇਮਰਾਨ ਖਾਨ ਸਾਹਿਬ, ਤੁਹਾਡੇ ਅੱਗੇ ਅਪੀਲ ਕਰਦੇ ਹਾਂ, ਸਾਨੂੰ ਪੀਰ ਲੱਭ ਕੇ ਦਿਓ, ਸਾਡਾ 1.5 ਲੱਖ ਦੀ ਮੱਝ ਗਈ ਸਾਡੀ, ਸਾਨੂੰ ਆਸਰੇ ਦਿੱਤੀ ਪਿਆ ਸਵੇਰੇ ਸ਼ਾਮ ਸਵੇਰੇ ਸ਼ਾਮ, ਅਤੇ ਬਾਕੀ ਲੱਭ ਲਵਾਂਗੇ, ਜਾਏਗਾ ਕਿੱਥੇ ਬੰਦਾ? ਕੋਈ ਗੱਲ ਨਹੀਂ, ਪਕੜ ਲਵਾਂਗੇ। ਅਸੀਂ ਆ ਗਏ ਉਹਦੇ ਬਾਅਦ ਘਰ ਦੇ ਬਾਹਰ, ਘਰ ਦੀ ਦੁਕਾਨ ਆ, ਅਤੇ ਹੁਣ ਆਵਾਜ਼ਾਂ ਮਾਰਦੇ ਹਾਂ ਅਸੀਂ, ਦੇਖਦੇ ਹਾਂ ਭਾਈ ਤੂੰ ਫੈਲ, ਪਤਾ ਨਹੀਂ ਹੁਣ ਆਵਾਜ਼ ਦਿੰਦਾ ਨਹੀਂ ਦਿੰਦਾ, ਅਗਲਾ ਲੁੱਕ ਗਿਆ ਹੋਵੇ, ਪੈਸੇ ਦੇਣ ਵਾਲਾ ਹਰ ਬੰਦਾ ਲੁੱਕ ਜਾਂਦਾ, ਠੀਕ ਹੈ ਨਾ? ਚਲੋ ਦੁਆ ਕਰ ਲੱਭ ਜਾਵੇ। ਚਲੋ ਬਾਈ ਟਰਾਈ ਕਰ, ਭਾਈ ਤੂੰ ਫੈਲ ਆ ਜਾਓ ਫਿਰ ਅੱਗੇ ਅਗਲੇ ਦਰਵਾਜ਼ੇ ਦੇਖਦੇ ਹਾਂ, ਮਿਲਦਾ ਹੈ ਤਾਂ ਨਿਬੜਦਾ, ਦੁਕਾਨ ਤਾਂ ਬੰਦ ਆ ਤੀ ਵੈਸੇ, ਠੀਕ ਹੈ ਨਾ? ਦੁਕਾਨ ਬੰਦ ਆ, ਚੈੱਕ ਕਰਦੇ ਹਾਂ, ਕੋਈ ਮੈਨੂੰ ਲੱਗਦਾ ਨਹੀਂ ਹੋਵੇ ਤਾਂ ਘਰ ਗਿਆ ਲੋਕਾਂ ਸਵੇਰ ਦਾ, ਜੇ ਬੰਦੇ ਕਹਿੰਦੇ ਪਏ ਨਾ ਸਵੇਰ ਦੇ, ਲੁੱਕਿਆ ਗਿਆ ਕਿਤੇ। ਚਲੋ ਪਕੜਦੇ ਨੂੰ ਫਿਰ ਕਿਸੇ ਟਾਈਮ ਹੋਰ ਟਾਈਮ। ਅਤੇ ਯਾਰ ਆਹ ਦੇਖ ਲਓ, ਸਾਡੇ ਨਾਲ ਬੰਦੇ ਨੇ ਕੀਤਾ ਫਰਾਡ, ਆਹ ਸਾਈਡ ਨਾਲ ਆ, ਪੁੱਛ ਲਓ। ਹਾਂ ਤੇ ਯਾਰ ਸਾਡੀ ਮੱਝ ਲੈ ਕੇ ਬੰਦਾ ਲੁੱਕ ਗਿਆ ਵਾ, ਉਹਨੂੰ ਸਾਦੇ ਪਏ, ਘਰੋਂ ਬਾਹਰ ਨਹੀਂ ਨਿਕਲਦਾ। ਅਸੀਂ ਵਪਾਰੀ ਬੰਦੇ ਹਾਂ, ਅਸੀਂ ਵੀ ਲੋਕਾਂ ਕੋਲ ਉਧਾਰ ਲਿਆਂਦੀ ਸੀ। ਆਈ ਆਈ ਆ ਗਈ ਆ ਗਈ ਆ ਗਈ ਆ ਗਿਆ ਆ ਗਿਆ ਆ ਗਿਆ ਆ ਗਿਆ ਬੰਦਾ ਲੱਭ ਗਿਆ ਲੱਭ ਗਿਆ ਬੰਦਾ ਲੱਭ ਗਿਆ ਹਾਂ ਬੰਦਾ ਬੰਦਾ ਸਾਨੂੰ ਲੱਭ ਗਿਆ ਆ। ਬੰਦੇ ਨੇ ਇਹ ਨਾ 1.5 ਲੱਖ ਦੇਣਾ, ਆ ਲੱਭ ਗਿਆ, ਆਹ ਤੁਹਾਨੂੰ ਸ਼ਕਲ ਦਿਖਾਉਣੀ ਇਸ ਬੰਦੇ ਦੀ, ਠੀਕ ਹੈ ਨਾ? ਅਤੇ ਬਸ ਹੁਣ ਇਮਰਾਨ ਖਾਨ ਦੇ ਅੱਗੇ ਅਪੀਲ ਆ, ਬੰਦਾ ਆ ਗਈ ਕਿਹਾ ਬੰਦੇ ਨੂੰ, ਬੰਦਾ ਸਾਡਾ ਆ ਗਿਆ, ਇਸ ਬੰਦੇ ਨੇ 1.5 ਲੱਖ ਥਾਲਾ ਦੇਣਾ ਸੀ, ਅਤੇ ਮੱਝ ਸਾਡੀ ਲੈ ਕੇ ਖਾ ਗਿਆ ਬੰਦਾ, ਠੀਕ ਆ ਸਰ ਜੀ? ਹੁਣ ਅਸੀਂ ਆਏ ਖੜੇ ਹਾਂ, ਮਿਹਰਬਾਨੀ ਕਰੋ, ਪੈਸੇ ਬਹੁਤ ਬਹੁਤ ਪੈਸੇ ਭਾਈ ਹਨ, ਹਲੇ ਤਾਂ ਮੈਂ ਘਾਹ ਵੱਢ ਕੇ ਆਇਆ ਤੁਸੀਂ ਵੀ ਦੇਖਿਓ ਫਿਰ ਗੱਪ ਸ਼ੱਪ ਲਾਉਂਦੇ ਆ, ਪੁੱਛਦੇ ਆ ਉਸਤਾਦ ਕੀ ਕਹਿੰਦਾ ਸਾਨੂੰ, ਤੇ ਫਿਰ ਤੁਸੀਂ ਨਾਲ ਬੈਠਾ ਸੀ ਚੁੱਪ ਕਰਕੇ ਹੁਣ ਪੈਸੇ ਦੇ ਯਾਰ, ਹੁਣ ਅਸੀਂ ਜੋ ਭੈਣ ਕਿਸੇ ਨੂੰ ਮੱਝ ਲਿਆਂਦੀ ਸੀ ਆਧਾਰ, ਅਸੀਂ ਉਹਨੂੰ ਹਫ਼ਤੇ ਦਾ ਟਾਈਮ ਦੇ ਕੇ ਆਏ ਸੀ, ਏਦਾਂ ਨਾ ਕਰੋ, ਜਾਤੀ ਨਾ ਕਰੋ ਸਾਡੇ ਨਾਲ।
ਸੁਣ ਹੋ ਮੋੜ ਕੇ ਆਓ ਵਾਪਸ ਅੱਬੂ ਵੀ ਇਹੀ ਕਹਿ ਹੋ ਮੁੱਲ ਲੈ ਹੋ ਉਥੋਂ ਝੋਟਾ ਮੰਡੀ ਤੋਂ ਵਾਪਸ ਮੋੜ ਕੇ ਆਓ ਅੱਬੂ ਵੀ ਮੈਨੂੰ ਇਹੀ ਕਹਿ ਹੋ ਸਾਨੂੰ ਫਰਾਡ ਨਾ ਕਰੋ ਝੋਟੇ ਵਾਲਾ ਸਾਨੂੰ ਪੈਸੇ ਦਿਓ ਸਾਰੇ ਦੇਹੋ ਅਸੀਂ ਪੈਸੇ ਲੈ ਹੋ ਤੇਰੇ ਕੋ ਅੱਜ ਭਾਈ ਗੱਲ ਇਹ ਹੋ ਕਿ ਝੋਟਾ ਵੇਖੋ ਹੁਣ ਛੋਟੀ ਦੇ ਜਰਮ ਯਾਰ ਅਸੀਂ ਤੇਰੇ ਕੋ ਪੈਸੇ ਲੈ ਕੇ ਜਾ ਹੋ ਅੱਜ ਐਵੇਂ ਨਹੀਂ ਜਾ ਪੈਸੇ ਹੀ ਦੇ ਹੋ ਭਾਈ ਤੁਹਾਨੂੰ ਇਹ ਤਾਂ ਸਾਨੂੰ ਯਾਰ ਝੋਟਾ ਲੈ ਦੇ ਵੱਡੀ ਤੇ ਅਸੀਂ ਕਰਾਂਗੇ ਵੇਚਾਂਗੇ ਇਹਨੂੰ ਸਾਨੂੰ ਜਾਂ ਉਹਦੇ ਬਦਲੇ ਝੋਟਾ ਲੈ ਦੇ ਝੋਟਾ ਲੈ ਦੇਣਾ ਤੇ ਹਾਲ ਸੇਲੀ ਸੇਡ ਕਿੰਨੇ ਵਜ਼ਨ ਦਾ ਝੋਟਾ ਚਾਹੀਦਾ ਕੀ ਹਾਲ ਚਾਲ ਆ ਠੀਕ ਹੈ ਵਾਲੇਕੁਮ ਸਲਾਮ ਬਾਬਾ ਕੀ ਓ ਯਹਾਂ ਹੀ ਹੈਗਾ ਕੋ ਖਤਮ ਆ ਜਾਣ ਕੇ ਹੱਥ ਲਾਇਆ ਈ ਥੋੜਾ ਨਿਕਲਿਆ ਹੋਇਆ ਲੱਗ ਗਿਆ ਹੱਥ ਯਾਰ ਲੱਗ ਨਾ ਲੰਨ ਮੇਰਾ ਗਿਆ ਲੋੜੇ ਫੜ ਅੱਜ ਕੱਲ੍ਹ ਲੰਨ ਫੜਦੇ ਹੋ ਤੁਸੀਂ ਚੁੱਤੂ ਹੋ ਗਈ ਤੁਸੀਂ ਹਾਂ ਅਸਲਾਮ ਅਲੈਕਮ ਮੈਂ ਦੱਬਿਆ ਚੁੱਤੂ ਹੋ ਗਈ ਤੁਸੀਂ ਭੱਜ ਸੋਣਾ ਕੀ ਹਾਲ ਹੈ ਕਿ ਮੈਂ ਕਰੀਏ ਤੇ ਟਿਕਟਾਕ ਉਸ ਹਯਾ ਕਰੋ ਕੋ ਵੱਡੇ ਛੋਟੇ ਦਾ ਯਾਰ ਭਾਈ ਸੇਲ ਨੂੰ ਢੇਡੇ ਗੋਰੀ ਲੱਗ ਗਈ ਆ ਭਾ ਸੇਲ ਸਾਡਾ ਹੈਗਾ ਬੜਾ ਸ਼ਰੀਫ ਬੰਦਾ ਸਿੱਧਾ ਸਾਦਾ ਬੰਦਾ ਆ ਠੀਕ ਹੈ ਨਾ ਪੀਰ ਸਈ ਯਾਰ ਇਸ ਬੰਦੇ ਨੂੰ ਨਾ ਕੋਈ ਮਸਲਮ ਸੈਲ ਬਣਿਆ ਸੀ ਕਈ ਚੌਥਾ ਜਿਹੜਾ ਬੰਦ ਠੀਕ ਹੈ ਨਾ ਉਹਦੇ ਵਿੱਚ ਨਾ ਨੂੰ ਗੋਲਿੰਗ ਕਰਾਸਿੰਗ ਹੋਈ ਢੇਡ ਤੋਂ ਮਾਫੀ ਦੇ ਦੇ ਫੋੜਾ ਨਿਕਲਿਆ ਆ ਛੋਟੇ ਗਿਣਨ ਤੇ ਐਵੇਂ ਮਰਵਾਉਣ ਲੱਗਾ ਢੇਡ ਤੋਂ ਗੋਲੀ ਕਰਾਸਿੰਗ ਹੋਈ ਆ ਪੁਲਿਸ ਮੁਕਾਬਲੇ 'ਚ ਬਸ ਤਾਂ ਕਰ ਤੇ ਬੰਦਾ ਗਿਆ ਬਾਅਦ 'ਚ ਮੌਲਵੀ ਬੰਦਾ ਆ ਤੇ ਬਸ ਦੀ ਅਪੀਲ ਕਰ ਦੁਆ ਕਰਿਓ ਸਾਰਾ ਦਿਨ ਰੇੜੇ ਦੇ ਉੱਤੇ ਗੋਇਆ ਢੋਨਾ ਭਾਈ ਠੀਕ ਆ ਐਵੇਂ ਪਾਗਲ ਕੀਤੀ ਪਏ ਆ ਪਾਗਲ ਹੀ ਕੀਤੀ ਭੰਗ ਦੀ ਕੋਲੀ ਪੀਤੀ ਵੇਲਾ ਮੇਰੀਆਂ ਅੱਖਾਂ ਨਹੀਂ ਖੁੱਲਦੀਆਂ ਚਵਲਾ ਮਾਰਦੇ ਆ ਝੂਠ ਮਾਰਦੇ ਝੂਠ ਨਹੀਂ ਮਾਰ ਅਸੀਂ ਗੱਲ ਤੇ ਸਿੱਧੀ ਗੱਲ ਸਿੱਧੀ ਹਰ ਬੰਦਾ ਕਹਿੰਦਾ ਮਿਰਚਾਂ ਲੱਗਦੀਆਂ ਠੀਕ ਹੈ ਨਾ ਸੱਚੀ ਗੱਲ ਆ ਸੱਚੀ ਗੱਲ ਹਰ ਕੋਈ ਮਿਰਚਾਂ ਸਮਝਦਾ ਹੈ ਸਾਡੀ ਕੱਲਾ ਮਜ਼ਾਕ ਸਮਝਦੇ ਬੰਦੇ ਠੀਕ ਹੈ ਨਾ ਕੋਈ ਗੱਲ ਨਹੀਂ ਕਦੀ ਤੇ ਵੱਕਰ ਚਾਉਣਗੇ ਨਾ ਚੁੱਪ ਬੈ 76 13 ਪੀਰ ਨੂੰ ਬੰਦਾ ਕਰ ਦੇਖਾ ਪੀਰ ਲੱਭ ਗਿਆ ਸਰ ਹੁਣ ਇਹ ਬੰਦੇ ਉਹਨੇ ਸੀ ਕਦੀ ਅੰਬਾਂ ਦੇ ਲੁਕ ਜਾਂਦਾ ਸੀ ਕਦੀ ਕਮਾਦ ਦੇ ਲੁਕ ਜਾਂਦਾ ਸੀਗਾ ਯਾਰ ਇਸ ਬੰਦੇ ਨੂੰ ਅਸੀਂ ਦਿੱਤੀ ਮੱਝ ਅਸੀਂ ਵੀ ਲਿਆਂਦੀ ਆਧਾਰ ਤੇ ਕਿਸੇ ਹਫਤੇ ਦੀ ਆਧਾਰ ਤੇ ਇਸ ਬੰਦੇ ਨੇ ਵੇਚਤੀ ਪੈਸੇ ਨਹੀਂ ਸਾਨੂੰ ਦਿੱਤੇ ਠੀਕ ਹੈ ਨਾ ਤੇ ਇਹ ਅੱਜ ਫੜਿਆ ਪਿਆ ਬਿਆਨਾ ਦੇ ਕੇ ਪੂਰੀ ਮੱਝ ਪੀ ਗਿਆ ਅਜੇ ਇਦਾਂ ਦਾ ਵਪਾਰੀ ਆ ਇਹਦਾ ਦੇਸੀ ਵਪਾਰੀ ਆ ਚਲੋ ਅੱਜ ਬੱਕਰ ਚ ਆਇਆ ਪਿਆ ਚੌਧਰੀ ਸੇਲ ਸਾਹਿਬ ਨੂੰ ਲਿਆਂਦਾ ਅਸੀਂ ਫੜ ਕੇ ਅੱਜ ਤੇ ਅੱਜ ਇੱਕ ਜੋ ਪੈਸੇ ਮੈਂ ਨਹੀਂ ਕਰੀਦਾ ਹੁੰਦਾ ਪਾਣੀ ਪਾ ਦੇਣਾ ਕੋਈ ਪੈਸੇ ਨੀ ਤੂੰ ਕਿਹਦੇ ਲਈ ਭੱਜ ਕੇ ਆ ਗਿਆ ਮੈਂ ਕਿਹਾ ਚਲ ਜਾਣੇ ਪੈ ਕੋ ਚਾਹ ਪਾਣੀ ਪਿਲਾਊਗਾ ਕੋਈ ਪੈਸੇ ਪੂਰੇ ਨਹੀਂ ਭੱਜ ਜਾ ਸਾਨੂੰ ਅੰਦਰ ਸਵਾਰ ਦੀ ਚੁੱਟੀ ਯਾਰ ਭਾਈ ਜੰਨਾ ਸਮਝੀ ਸਵੇਰ ਦੀ ਆ ਦੇਖ ਐ ਰੱਖ ਲਾ ਮੂੰ ਅੱਜੀ ਦਾ ਰੱਖਣ ਦਾ ਹੱਕ ਆ ਮੈਂ ਨਹੀਂ ਰੱਖਣ ਦੇ ਰਾਤ ਕੀ ਕਰਦਾ ਨਸਵਾਰ ਜ਼ੋਰ ਰੱਖੀ ਪਏ ਆ ਅਦਾ ਨਸਵਾਰ ਲਈਦੀ ਆ ਤੇ ਜਿੰਦੇ ਫਿਰਦੇ ਆ ਨਹੀਂ ਤਾਂ ਸਾਡੇ ਤਾਂ ਸਾਹ ਹੀ ਰੁਕ ਜਾਣਾ